ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਪੰਜਾਬ ਅਚੀਵਮੈਂਟਸ ਹੈ ਵੀ 2020 ਦੀ ਆਨਲਾਈਨ ਤਿਆਰੀ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ ਦੂਜੀ ਵਿਸ਼ਾ ਗਣਿਤ ਦੀ ਪਾਠ ਪੁਸਤਕ ਦਾ ਪੰਨਾ ਨੰਬਰ 73 ਦੀ ਦੁਹਰਾਈ ਜਿਸ ਦੇ ਵਿੱਚ ਅਸੀਂ ਦਿਮਾਗੀ ਕਸਰਤ ਨੂੰ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਪੈਸ ਪ੍ਰੀਖਿਆ ਸਤੰਬਰ ਵਿੱਚ ਹੋਈ ਸੀ ਤੇ ਇਸ ਮਹੀਨੇ ਅਕਤੂਬਰ ਵਿੱਚ ਵੀ ਅੱਜ ਦੀ ਪ੍ਰੀਖਿਆ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਉਮੀਦ ਹੈ ਕਿ ਤੁਸੀਂ ਆਪਣੀ 100% ਭਾਗੀਦਾਰੀ ਨੂੰ ਯਕੀਨੀ ਬਣਾਓਗੇ ਆਓ करिए ਪੰਨਾ ਨੰਬਰ 73 ਦੀ ਦੁਹਰਾਈ ਪਿਆਰੇ ਬੱਚਿਓ ਇਹ ਹੈ ਸਾਖਸ਼ੀ ਤੇ ਉਹ ਕਰਨ ਜਾ ਰਹੀ ਹੈ ਅੱਜ ਦਿਮਾਗੀ ਕਸਰਤ ਉਹ ਕਹਿੰਦੀ ਹੈ ਕੀ ਤੁਸੀਂ ਮੇਰੀ ਕਿਸ਼ਤੀ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰ ਸਕਦੇ ਹੋ ਕਿਸਤੀ ਕਦੋਂ ਤੈਰਦੀ ਹੈ ਜਦੋਂ ਦੋਵੇਂ ਪਾਸੇ ਭਾਰ ਬਰਾਬਰ ਹੋਵੇ ਪਹਿਲੀ ਕਿਸ਼ਤੀ ਦੇ ਵਿੱਚ 20 18 ਮਿਲ ਕੇ ਬਣਿਆ 38 ਤੇ ਦੂਸਰੇ ਪਾਸੇ 18 20 ਮਿਲ ਕੇ ਬਣਿਆ 38 ਦੋਵੇਂ ਪਾਸੇ ਬਰਾਬਰ ਹਨ ਤੇ ਕਿਸ਼ਤੀ ਵਧੀਆ ਤਰੀਕੇ ਨਾਲ ਤੈਰ ਸਕਦੀ ਹੈ ਦੂਸਰੀ ਕਿਸ਼ਤੀ ਦੇ ਵਿੱਚ 30 ਜੋੜ 40 ਬਣੇ 70 ਅਤੇ 20 ਜੋੜ 50 ਬਣੇ 70 ਹੌਣ ਕਿਸ਼ਤੀ ਦਾ ਸੱਜਾ ਖੱਬਾ ਪਾਸਾ ਬਰਾਬਰ ਹੈ ਤੇ ਇਹ ਕਿਸ਼ਤੀ ਵਧੀਆ ਤਰੀਕੇ ਨਾਲ ਤੈਰ ਸਕੇਗੀ ਆਓ ਦੋਵੇਂ ਪਾਸੇ ਸੰਖਿਆਵਾਂ ਦਾ ਜੋੜ ਬਰਾਬਰ ਕਰੀਏ 40 30 ਬਣਿਆ 70 ਤੇ ਦੂਜੇ ਪਾਸੇ 50 ਵਿੱਚ ਕੀ ਜੋੜੀਏ ਕਿ ਉਹ 70 ਬਣ ਜਾਵੇ ਅਸੀਂ 10-10 ਦੇ ਅੰਤਰਾਲ ਤੇ ਸੰਖਿਆਵਾਂ ਲਿਖਾਂਗੇ 50 ਤੋਂ ਛਲਾਂਗਾ ਸ਼ੁਰੂ ਕਰਕੇ ਦੋ ਛਲਾਂਗਾ ਅੱਗੇ ਵੱਲ ਨੂੰ ਲਗਾਵਾਂਗੇ ਤੇ ਅਸੀਂ ਪਹੁੰਚ ਜਾਵਾਂਗੇ 70 ਤੇ ਤੇ ਕਿੰਨੀਆਂ ਸਲੰਗਾਂ ਲਗਾਈਆਂ 2 ਭਾਵ 10 20 ਇਸ ਤਰ੍ਹਾਂ ਜੇਕਰ ਅਸੀਂ ਪੰਜਾਬ ਵਿੱਚ 20 ਜੋੜਾਂਗੇ ਤਾਂ ਸਾਨੂੰ 70 ਪ੍ਰਾਪਤ ਹੋਵੇਗਾ ਅਤੇ ਅਸੀਂ ਅਗਲੇ ਘੜੇ ਵਿੱਚ 20 ਲਿਖ ਦੇਣਾ ਹੈ ਜਿਸ ਦੇ ਨਾਲ ਦੋਵੇਂ ਸੰਖਿਆਵਾਂ ਬਰਾਬਰ ਹੋ ਜਾਣਗੀਆਂ 70 70 ਤੇ ਕਿਸ਼ਤੀਵਦ ਯਾ ਤਰੀਕੇ ਨਾਲ ਚੱਲ ਸਕਦੀ ਹੈ ਸਾਡੀ ਅਗਲੀ ਕਿਸ਼ਤੀ ਹੈ ਜਿਸ ਦੇ ਵਿੱਚ 4 ਘੜੇ ਰੱਖੇ ਹੋਏ ਹਨ ਪਹਿਲੇ ਦੋ ਕੜਿਆਂ ਦੇ ਵਿੱਚ ਸੰਖਿਆ 60 ਅਤੇ 30 ਹੈ ਦੋਹਾਂ ਦਾ ਜੋੜ ਕਰਨ ਤੇ ਸਾਨੂੰ 90 ਪ੍ਰਾਪਤ ਹੁੰਦਾ ਹੈ ਦੂਸਰੇ ਪਾਸੇ ਵੀ ਅਸੀਂ ਜੋੜ 90 ਪ੍ਰਾਪਤ ਕਰਨਾ ਹੈ ਤਾਂ ਉਹ ਪਹਿਲੇ ਘੜੇ ਵਿੱਚ ਸੰਖਿਆ 50 ਲਿਖੀ ਹੈ ਤਾਂ ਦੂਸਰੀ ਸੰਖਿਆ ਪਤਾ ਕਰਨੀ ਹੈ ਇਹੀ ਸਾਡਾ ਸਵਾਲ ਹੈ ਤਾਂ ਪਿਆਰੇ ਬੱਚਿਓ ਸੋਚ ਕੇ ਦੱਸੋ ਕਿ 50 ਵਿੱਚ ਕੀ ਜੋੜੀਏ ਤੇ ਸਾਨੂੰ 90 ਪ੍ਰਾਪਤ ਹੋ ਜਾਵੇ ਜਿਸ ਦੇ ਨਾਲ ਸਾਡੀ ਕਿਸ਼ਤੀ ਬਹੁਤ ਵਧੀਆ ਤਰੀਕੇ ਨਾਲ ਤੈਰ ਸਕੇ ਹਾਂਜੀ ਇਸ ਦੇ ਲਈ ਅਸੀਂ 10-10 ਦੀ ਛਲਾਂਗ ਵਾਲੀ ਅੱਗੇ ਵੱਲ ਨੂੰ ਸੰਖਿਆ ਪੱਟੀ ਲਿਖਾਂਗੇ ਅਤੇ 50 ਤੋਂ ਛਲਾਂਗਾ ਲਗਾ ਕੇ ਅਸੀਂ 90 ਤੇ ਪਹੁੰਚਾਂਗੇ ਆਓ ਦੇਖਦੇ ਹਾਂ ਕਿੰਨੀਆਂ ਛਲਾਂਗਾਂ ਲਗਾ ਕੇ ਅਸੀਂ 90 ਤੇ ਪਹੁੰਚਦੇ ਹਾਂ 1 2 3 4 ਚਾਰ ਛਲਾਂਗਾਂ ਲਗਾ ਕੇ ਅਸੀਂ 90 ਤੇ ਪਹੁੰਚ ਗਏ ਭਾਵ ਚਾਰ ਛਲਾਂਗਾ ਯਾਨੀ 40 ਤਾਂ ਸਾਡਾ ਸਹੀ ਜਵਾਬ ਹੋਵੇਗਾ ਪੰਜਾਬ ਵਿੱਚ 40 ਜੋੜਨ ਤੇ ਸਾਨੂੰ 90 ਪ੍ਰਾਪਤ ਹੁੰਦਾ ਹੈ ਤਾਂ ਹੁਣ ਸਾਡੀ ਕਿਸ਼ਤੀ ਬਹੁਤ ਵਧੀਆ ਤਰੀਕੇ ਨਾਲ ਪਾਣੀ ਵਿੱਚ ਤੈਰ ਸਕਦੀ ਹੈ ਕਿਉਂਕਿ ਉਸਦੇ ਦੋਨੇ ਪਾਸੇ ਭਾਰ ਬਰਾਬਰ ਹੈ ਸਾਡਾ ਅਗਲਾ ਸਵਾਲ ਹੈ ਕਿਸਤੀ ਦੇ ਇੱਕ ਸਿਰੇ ਤੇ ਰੱਖੇ ਹੋਏ ਘੜੇ ਉੱਤੇ ਸੰਖਿਆਵਾਂ 10 ਅਤੇ 30 ਹਨ ਜਿਨ੍ਹਾਂ ਦਾ ਜੋੜ 40 ਬੰਦਾ ਹੈ ਅਤੇ ਦੂਸਰੇ ਸਿਰੇ ਉੱਤੇ ਰੱਖੇ ਘੜਿਆਂ ਉੱਤੇ ਦਿੱਤੀ ਹੋਈ ਸੰਖਿਆ 20 ਹੈ ਅਤੇ ਅਸੀਂ ਦੂਸਰੇ ਘੜੇ ਉੱਤੇ ਕਿੰਨੀ ਸੰਖਿਆ ਲਿਖਾਂਗੇ ਕਿ ਸਾਡੇ ਦੋਵੇਂ ਪਾਸੇ ਕਿਸ਼ਤੀ ਦੇ ਬਰਾਬਰ ਭਾਰ ਹੋਵੇ ਅਤੇ ਕਿਸ਼ਤੀ ਵਧੀਆ ਤਰੀਕੇ ਨਾਲ ਪਾਣੀ ਵਿੱਚ ਤੈਰ ਸਕੇ ਤਾਂ ਪਿਆਰੇ ਬੱਚਿਓ ਇਸ ਦੇ ਲਈ ਅਸੀਂ 10-10 ਦੀ ਛਲਾਂਗ ਲਗਾਉਂਦੇ ਹੋਏ ਅੱਗੇ ਵੱਲ ਨੂੰ ਗਿਣਤੀ ਲਿਖਾਂਗੇ ਅਤੇ 20 ਤੋਂ ਛਲਾਂਗ ਲਗਾ ਕੇ ਅਸੀਂ ਪਹੁੰਚਾਂਗੇ 40 ਤੇ ਕਿਉਂਕਿ ਇੱਕ ਸਿਰੇ ਦਾ ਜੋੜ 40 ਹੈ ਅਤੇ ਦੂਸਰੇ ਪਾਸੇ ਵੀ ਅਸੀਂ 40 ਜੋੜ ਬਣਾਉਣਾ ਹੈ ਤਾਂ 20 ਵਿੱਚ ਕੀ ਜੋੜੀਏ 40 ਆਏ 20 ਤੋਂ ਛਲਾਂਗ ਲਗਾਵਾਂਗੇ 2 3 40 ਦੋ ਛਲਾਂਗਾ ਲਗਾਈਆਂ ਪਾਵ 2 ਸੰਖਿਆ 20 ਸਾਡਾ ਸਹੀ ਜਵਾਬ ਹੋਵੇਗਾ ਸਾਡਾ ਅਗਲਾ ਸਵਾਲ ਹੈ ਕਿਸ਼ਤੀ ਦੇ ਦੋ ਸਿਰੇ ਨੇ ਇੱਕ ਸਿਰੇ ਦੇ ਉੱਤੇ 14 ਸੰਖਿਆ ਵਾਲਾ ਘੜਾ ਹੈ ਅਤੇ ਦੂਸਰਾ ਘੜੇ ਦੀ ਸੰਖਿਆ ਪਤਾ ਕਰਨੀ ਹੈ ਇਸ ਤਰ੍ਹਾਂ ਦੂਸਰੇ ਕਿਸ਼ਤੀ ਦੇ ਸਿਰੇ ਦੇ ਉੱਤੇ ਦੋ ਘੜੇ ਰੱਖੇ ਹੋਏ ਹਨ ਜਿਨ੍ਹਾਂ ਦੇ ਵਿੱਚ 24 ਅਤੇ 16 ਸੰਖਿਆ ਲਿਖੀ ਹੈ ਤੇ ਜੋੜ ਕਰਨ ਤੇ ਸਾਨੂੰ 40 ਪ੍ਰਾਪਤ ਹੁੰਦਾ ਹੈ ਇਸ ਦਾ ਭਾਵ ਇਹ ਹੈ ਕਿ ਦੋਵੇਂ ਪਾਸੇ 40 40 ਅਗਰ ਸੰਖਿਆਵਾਂ ਹੋਣਗੀਆਂ ਤਾਂ ਸਾਡੀ ਕਿਸ਼ਤੀ ਵਧੀਆ ਤਰੀਕੇ ਨਾਲ ਪਾਣੀ ਵਿੱਚ ਤੈਰ ਸਕਦੀ ਹੈ ਪਿਆਰੇ ਬੱਚਿਓ ਅਸੀਂ ਹੁਣ ਸੋਚਣਾ ਹੈ ਕਿ 14 ਵਿੱਚ ਕੀ ਜੋੜੀਏ ਤੇ ਸਾਨੂੰ 40 ਪ੍ਰਾਪਤ ਹੋ ਜਾਵੇ ਜੀ ਹਾਂ ਜੇਕਰ ਅਸੀਂ 26 ਜੋੜਾਂਗੇ 14 ਵਿੱਚ ਤਾਂ ਸਾਨੂੰ 40 ਉੱਤਰ ਪ੍ਰਾਪਤ ਹੋਵੇਗਾ ਤੇ ਹੁਣ ਦੋਵੇਂ ਪਾਸੇ ਸੰਖਿਆਵਾਂ ਦਾ ਜੋੜ 40 ਜਾਲੀ ਹੈ ਅਤੇ ਸਾਡੀ ਕਿਸ਼ਤੀ ਬਹੁਤ ਵਧੀਆ ਤਰੀਕੇ ਨਾਲ ਪਾਣੀ ਵਿੱਚ ਤੈਰ ਸਕੇਗੀ ਉਮੀਦ ਹੈ ਤੁਹਾਨੂੰ ਕਰਾਇਆ ਗਿਆ ਕੰਮ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਹੁਣ ਤੁਸੀਂ ਇਸ ਦਾ ਅਭਿਆਸ ਕਾਗਜ਼ ਵਿੱਚ ਬੈਠ ਕੇ ਹੀ ਕਰੋਗੇ ਧੰਨਵਾਦ